ਰੈਡੀ, ਜ਼ਿੰਦਗੀ ਇੱਕ ਸੁਪਨੇ ਦੀ ਤਰ੍ਹਾਂ ਹੈ, ਪਤਾ ਨਹੀਂ ਕਦੋਂ ਟੁੱਟ ਜਾਵੇ ਡੰਡੀ, ਸੁਪਨਿਆਂ ਦਾ ਵੀ ਕੁਝ ਪਤਾ ਨਹੀਂ ਹੁੰਦਾ, ਕਦੀ ਹੁਸੀਨ ਆਉਂਦੇ ਨੇ ਅਤੇ ਕਦੀ ਡਰਾਉਣੇ ਡੰਡੀ, ਕਿਸੇ ਨੂੰ ਕੁਝ ਵੀ ਨਹੀਂ ਪਤਾ ਸੁਪਨਿਆਂ ਬਾਰੇ ਅਤੇ ਨਾ ਹੀ ਸੁਪਨੇ ਵਰਗੀ ਜ਼ਿੰਦਗੀ ਬਾਰੇ ਡੰਡੀ, ਪਰ ਹਰੇਕ ਇਨਸਾਨ ਸੁਪਨੇ ਸਾਕਾਰ ਕਰਨ ਦੀ ਦੌੜ ਵਿੱਚ ਭੱਜ ਰਿਹਾ ਹੈ ਅਤੇ ਭੱਜੀ ਜਾ ਰਿਹਾ ਹੈ, ਜਿਸ ਦੌੜ ਦਾ ਕੋਈ ਅੰਤ ਨਹੀਂ ਹੈ ਡੰਡੀ, ਅੰਤ ਹੈ ਤਾਂ ਬਸ ਜ਼ਿੰਦਗੀ ਦਾ ਸੁਪਨੇ ਵਾਂਗ ਅੱਧ ਵਿਚਕਾਰ ਅਤੇ ਅਚਾਨਕ ਡੰਡੀ, ਜੇਕਰ ਥੋੜ੍ਹੀ ਜਿਹੀ ਸੋਚ ਵਿਚਾਰ ਕਰੀਏ ਤਾਂ ਜ਼ਿੰਦਗੀ ਕੁਝ ਵੀ ਨਹੀਂ ਹੈ, ਪਾਣੀ ਦੇ ਬੁਲਬਲੇ ਵਾਂਗ ਥੋੜ੍ਹੀ ਜਿਹੀ ਹੈ ਡੰਡੀ, ਰੋਜ਼ ਸਮਾਂ ਹੱਥਾਂ ਬਿਜਲੀ ਰੇਤ ਵਾਂਗ ਤੇਜ਼ੀ ਨਾਲ ਘਿਰ ਰਿਹਾ ਹੈ, ਕਦੋਂ ਖਤਮ ਹੋ ਜਾਣੀ ਹੈ ਇਹ ਜ਼ਿੰਦਗੀ ਕਿਸੇ ਨੂੰ ਕੁਝ ਨਹੀਂ ਪਤਾ, ਪਰ ਸੁਪਨੇ ਅਤੇ ਯੋਜਨਾਵਾਂ ਹੁੰਦੀਆਂ ਬੁਢਾਪੇ ਤੱਕ ਦੀਆਂ ਡੰਡੀ, ਹਰ ਕੋਈ ਮਸ਼ਰੂਫ ਹੈ ਇਸ ਦੌੜ ਵਿੱਚ, ਕਿਸੇ ਕੋਲ ਟਾਈਮ ਨਹੀਂ ਕਿਸੇ ਜੋਗਾ ਡੰਡੀ, ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਕਿਸੇ ਨੂੰ ਵੀ ਪੁੱਛ ਲਓ ਕਿਉਂ ਇੰਨੀ ਭੱਜ ਦੌੜ ਕਰ ਰਿਹਾ ਏ, ਕੀ ਕਰਨੇ ਨੇ ਧਨ ਦੌਲਤ ਦੇ ਅੰਬਾਰ ਅਤੇ ਜਾਇਦਾਦ, ਉਸ ਦਾ ਜਵਾਬ ਹੋਵੇਗਾ ਆਪਣੇ ਲਈ ਤਾਂ ਮੈਂ ਕੁਝ ਨਹੀਂ ਕਰ ਰਿਹਾ, ਬਸ ਬੱਚਿਆਂ ਦੇ ਭਵਿੱਖ ਲਈ ਕਰ ਰਿਹਾ ਹਾਂ ਡੰਡੀ, ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਜਿੰਨਾ ਬੱਚਿਆਂ ਲਈ ਦਿਨ ਰਾਤ ਦੌੜ ਰਹੇ ਹੋ ਉਹਨਾਂ ਨਾਲ ਕਦੇ ਸਮਾਂ ਬਤੀਤ ਕੀਤਾ ਪ੍ਰਸ਼ਨ ਚਿੰਨ, ਤਾਂ ਜਵਾਬ ਮਿਲੇਗਾ ਕਿ ਟਾਈਮ ਕਿੱਥੇ ਹੈ ਡੰਡੀ, ਜਿੰਨਾ ਵਾਸਤੇ ਇੰਨੀ ਰੈਡੀ ਭੱਜ ਦੌੜ ਹੋ ਰਹੀ ਹੈ ਉਹਨਾਂ ਵਾਸਤੇ ਸਮਾਂ ਨਹੀਂ, ਇਨਸਾਨ ਕੋਲ ਇਸ ਤੋਂ ਵੱਡੀ ਉਲਝਣ ਹੋਰ ਕੀ ਹੋ ਸਕਦੀ ਹੈ, ਜ਼ਿੰਦਗੀ ਦੀ ਡੰਡੀ ਅਸੀਂ ਆਪਣੇ ਬੁਣੇ ਜਾਲ ਵਿੱਚ ਆਪ ਹੀ ਫਸ ਚੁੱਕੇ ਹਾਂ ਅਤੇ ਹੋਰ ਫਸਦੇ ਜਾ ਰਹੇ ਹਾਂ ਡੰਡੀ, ਦੌੜ ਜਿਸ ਦਾ ਕੋਈ ਅੰਤ ਨਹੀਂ ਅਤੇ ਦੌੜਦੇ ਹੋਏ ਜਦੋਂ ਰਸਤੇ ਵਿੱਚ ਕੋਈ ਆਪਣਾ ਸਾਥ ਛੱਡ ਜਾਂਦਾ ਹੈ ਤਾਂ ਪਛਤਾਵੇ ਤੋਂ ਬਿਨਾਂ ਕੁਝ ਪੱਲੇ ਨਹੀਂ ਪੈਂਦਾ ਡੰਡੀ, ਜੋੜੀ ਹੋਈ ਧਨ ਦੌਲਤ ਜਾਇਦਾਦ ਫਿਰ ਗੱਲਾਂ ਨਹੀਂ ਕਰਦੀ ਅਤੇ ਨਾ ਹੀ ਘੁੱਟ ਕੇ ਜੱਫੀ ਪਾਉਂਦੀ ਹੈ ਡੰਡੀ, ਬੱਚਿਆਂ ਦੀਆਂ ਗੱਲਾਂ ਸੁਣਨ ਦਾ ਸਮਾਂ ਨਹੀਂ, ਮਾਪਿਆਂ ਦੀਆਂ ਗੱਲਾਂ ਸੁਣਨ ਦਾ ਸਮਾਂ ਨਹੀਂ, ਜੀਵਨ ਸਾਥੀ ਨਾਲ ਗੱਲਾਂ ਕਰਨ ਦਾ ਸਮਾਂ ਨਹੀਂ ਅਤੇ ਉਹਨਾਂ ਦੇ ਲਈ ਅਸੀਂ ਭੱਜ ਦੌੜ ਕਰ ਰਹੇ ਹਾਂ ਅਤੇ
ਉਹਨਾਂ ਲਈ ਹੀ ਸਮਾਂ ਨਹੀਂ ਡੰਡੀ। ਜਦੋਂ ਕੋਈ ਆਪਣਾ ਅਚਾਨਕ ਚਲਾ ਜਾਂਦਾ ਹੈ ਤਾਂ ਇਨਸਾਨ ਦੀ ਹਾਲਤ ਉਸ ਵਿਅਕਤੀ ਵਰਗੀ ਹੋ ਜਾਂਦੀ ਹੈ ਜੋ ਰੇਗਿਸਤਾਨ ਵਿੱਚ ਸੋਨੇ ਚਾਂਦੀ ਨਾਲ ਭਰੇ ਬੈਗ ਨਾਲ ਪਾਣੀ ਲੱਭ ਰਿਹਾ ਹੁੰਦਾ ਹੈ ਅਤੇ ਪਾਣੀ ਉਸ ਨੂੰ ਕਿਧਰੇ ਮਿਲਦਾ ਨਹੀਂ ਡੰਡੀ। ਉਦੋਂ ਸੋਨਾ ਚਾਂਦੀ ਉਸ ਦੇ ਕਿਸੇ ਕੰਮ ਨਹੀਂ ਆਉਂਦਾ ਡੰਡੀ। ਜਿਸ ਦੀ ਲੋੜ ਸੀ ਉਹ ਨਾਲ ਰੱਖਿਆ ਨਹੀਂ ਅਤੇ ਜਿਸ ਨੇ ਕੰਮ ਨਹੀਂ ਆਉਣਾ ਉਹ ਸੰਭਾਲ ਸੰਭਾਲ ਕੇ ਰੱਖਿਆ ਡੰਡੀ। ਅੱਜ ਤੋਂ 60-70 ਸਾਲ ਪਹਿਲਾਂ ਜਦੋਂ ਕੁੱਲੀ ਗੁੱਲੀ ਅਤੇ ਜੁੱਲੀ ਤੱਕ ਦੌੜ ਸੀਮਤ ਸੀ ਉਸ ਵਕਤ ਸਮੇਂ ਦੀ ਰਫ਼ਤਾਰ ਇੰਨੀ ਤੇਜ਼ ਨਹੀਂ ਸੀ ਡੰਡੀ। ਸਮਾਂ ਸੀ ਸਭ ਕੋਲ ਆਪਣਿਆਂ ਲਈ ਅਤੇ ਮਿਲ ਕੇ ਅਤੇ ਬੈਠ ਕੇ ਸਮਾਂ ਬਤੀਤ ਹੁੰਦਾ ਸੀ ਡੰਡੀ।